ਕੌਮੀ ਇਨਸਾਫ ਮੋਰਚਾ ਦੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ। ਸਾਲ ਤੋਂ ਉੱਤੇ ਹੋ ਗਿਆ ਇਹ ਪੱਕਾ ਮੋਰਚਾ ਲੱਗੇ ਨੂੰ। ਅੱਜ 26 ਜਨਵਰੀ ਦੇ ਦਿਨ ਇੱਕ ਵੱਡਾ ਪ੍ਰੋਟੈਸਟ ਕੀਤਾ ਗਿਆ, ਰੋਸ ਮਾਰਚ ਕੱਢਿਆ ਗਿਆ, ਮੋਹਾਲੀ ਦੇ ਵਿੱਚ ਰੋਸ ਮਾਰਚ ਕੱਢਿਆ ਗਿਆ, ਮੋਹਾਲੀ ਦੇ YPS ਚੌਂਕ ਜਿੱਥੇ ਪੱਕਾ ਮੋਰਚਾ 1 ਸਾਲ ਤੋਂ ਬਾਅਦ ਸਮੇਂ ਤੋਂ ਲੱਗਿਆ ਹੋਇਆ, ਉੱਥੋਂ ਸ਼ੁਰੂ ਹੋਇਆ ਰੋਸ ਮਾਰਚ, ਮੋਹਾਲੀ ਦੇ ਏਅਰਪੋਰਟ ਰੋਡ ਤੋਂ ਹੁੰਦਾ ਹੋਇਆ ਇੱਕ ਵਾਰ ਫਿਰ ਤੋਂ ਵਾਪਸ YPS ਚੌਂਕ ਵੱਲ ਪਹੁੰਚਿਆ। ਇਹ ਤੁਸੀਂ ਦੇਖ ਸਕਦੇ ਨਿਹੰਗ ਸਿੰਘ ਘੋੜਿਆਂ 'ਤੇ ਸਵਾਰ ਨੇ, ਘੋੜਿਆਂ 'ਤੇ ਸਵਾਰ ਨਿਹੰਗ ਸਿੰਘ ਅਗਵਾਈ ਕਰ ਰਹੇ ਨੇ ਇਸ ਪੂਰੇ ਰੋਸ ਮਾਰਚ ਦੀ। ਔਰ ਪਿੱਛੇ ਤੁਹਾਨੂੰ ਪੈਦਲ ਜਿਹੜੀ ਸੰਗਤ ਹੈ, ਜਿਹੜੇ ਪ੍ਰਦਰਸ਼ਨ ਕਰ ਰਹੇ ਨੇ, ਮੋਰਚੇ ਨਾਲ ਜੁੜੇ ਹੋਏ ਲੋਕ ਨੇ, ਉਹ ਤੁਹਾਨੂੰ ਨਜ਼ਰ ਆ ਰਹੇ ਨੇ ਕਿ ਜਿਹੜੇ ਪੈਦਲ ਮਾਰਚ ਕਰਦੇ ਹੋਏ, ਇਹ ਤਸਵੀਰਾਂ ਤੁਹਾਡੇ ਸਾਹਮਣੇ ਨੇ, ਹੱਥਾਂ ਦੇ ਵਿੱਚ ਕਾਲੇ ਝੰਡੇ, ਹੱਥਾਂ ਦੇ ਵਿੱਚ ਕੇਸਰੀ ਝੰਡੇ। ਔਰ ਲਗਾਤਾਰ ਉਹੀ ਮਸਲਾ ਕਿ ਬੰਦੀ ਸਿੰਘ ਜਿਹੜੇ ਆਪਣੀ ਸਜ਼ਾ ਪੂਰੀ ਕਰ ਚੁੱਕੇ ਨੇ, ਆਖਿਰ ਉਹਨਾਂ ਦੀ ਰਿਹਾਈ ਕਿਉਂ ਨਹੀਂ ਹੋ ਰਹੀ, ਇਸੇ ਮੰਗ ਨੂੰ ਲੈ ਕੇ ਕਿ ਜਿਹੜੇ ਬੰਦੀ ਸਿੱਖ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਹੈ, ਉਸੇ ਮਸਲੇ ਨੂੰ ਲੈ ਕੇ ਹੱਥਾਂ ਦੇ ਵਿੱਚ ਤੁਸੀਂ ਬੈਨਰ ਦੇਖ ਸਕਦੇ ਹਾਂ ਜਿਨ੍ਹਾਂ 'ਤੇ ਤਸਵੀਰਾਂ ਨੇ, ਜਿਹੜੇ ਇਸ ਵੇਲੇ ਜੇਲ੍ਹਾਂ ਦੇ ਵਿੱਚ ਬੰਦ ਨੇ, ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਦਾਅਵਾ ਕੀਤਾ ਜਾਂਦਾ, ਔਰ ਇਹ ਤਸਵੀਰਾਂ ਨੇ ਹੱਥਾਂ ਦੇ ਵਿੱਚ, ਇਹ ਬੈਨਰ ਫੜੇ ਹੋਏ ਦੂਰ ਤੱਕ ਤੁਹਾਨੂੰ ਨਜ਼ਰ ਜਿੱਥੇ ਤੱਕ ਤੁਹਾਡੀ ਜਾਏਗੀ ਤੁਹਾਨੂੰ ਇਸੇ ਤਰ੍ਹਾਂ ਦੇ ਬੈਨਰ ਜਿਹੜੇ ਨੇ ਉਹ ਨਜ਼ਰ ਆਉਣਗੇ, ਹੱਥਾਂ ਦੇ ਵਿੱਚ ਕਾਲੇ ਝੰਡੇ ਨਜ਼ਰ ਆਉਣਗੇ, ਖਾਲਸਾਈ ਝੰਡੇ ਨਜ਼ਰ ਆਉਣਗੇ, ਔਰ ਸਾਹਮਣੇ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਹੋਰਾਂ ਦੀ ਵੀ ਤਸਵੀਰ ਹੈ ਜਿਹੜੀ, ਕਿਉਂਕਿ ਜਿਸ ਤਰ੍ਹਾਂ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਹੋਰਾਂ ਨੂੰ 30 ਸਾਲ ਦੇ ਕਰੀਬ ਸਾਲ ਪਹਿਲਾਂ ਉਹਨਾਂ ਨੂੰ ਜਿਸ ਤਰ੍ਹਾਂ ਕੋਹ ਕੇ ਸ਼ਹੀਦ ਕੀਤਾ ਗਿਆ, ਉਸ ਮਾਮਲੇ ਦੇ ਵਿੱਚ ਵੀ ਇਨਸਾਫ ਦੀ ਗੱਲ ਹੁੰਦੀ ਹੈ, ਤਾਂ ਪਿੱਛੇ ਪੈਦਲ ਮਾਰਚ ਕਰਦੇ ਹੋਏ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ। ਔਰ ਅੱਜ ਇਸ ਜਥੇ ਦੇ ਨਾਲ ਕਿਸਾਨਾਂ ਨੇ ਵੀ ਆ ਕੇ ਇੱਕ ਰੋਸ ਮਾਰਚ ਆ ਜਿਹੜਾ, ਕਿਸਾਨਾਂ ਨੇ ਵੀ ਇਸ ਦੇ ਵਿੱਚ ਹਿੱਸਾ ਲਿਆ, ਹਾਲਾਂਕਿ ਉਹਨਾਂ ਨੇ ਰੂਟ ਆਪਣਾ ਅਲੱਗ ਰੱਖਿਆ। ਔਰ ਇੱਥੇ ਨਿਹੰਗ ਸਿੰਘ ਜਥੇਬੰਦੀਆਂ ਔਰ ਕੌਮੀ ਇਨਸਾਫ ਮੋਰਚਾ ਦੇ ਵੱਲੋਂ ਆਪਣਾ ਰੂਟ ਆ ਜਿਹੜਾ ਉਹ ਵੱਖਰਾ ਰੱਖਿਆ ਗਿਆ ਸੀ, ਔਰ ਹੁਣ ਵਾਪਸੀ ਹੋਈ ਹੈ ਕਰੀਬ ਕਰੀਬ ਮੋਹਾਲੀ ਦੇ ਵਿੱਚ, ਅੱਧੇ ਮੋਹਾਲੀ ਦੇ ਵਿੱਚ ਕਹਿ ਸਕਦੇ ਹਾਂ ਕਿ ਇਹ ਪ੍ਰੋਟੈਸਟ ਜਿਹੜਾ ਹੈਗਾ ਨਿਕਲਿਆ, ਰੋਸ ਮਾਰਚ ਆ ਜਿਹੜਾ ਕੱਢਿਆ ਗਿਆ, ਜਿਹੜਾ ਏਅਰਪੋਰਟ ਰੋਡ YPS ਚੌਂਕ ਤੋਂ ਚੱਲ ਕੇ ਏਅਰਪੋਰਟ ਰੋਡ ਹੁੰਦਾ ਹੋਇਆ ਹੁਣ ਇੱਥੇ ਵਾਪਸ YPS ਚੌਂਕ ਆ ਪਹੁੰਚਿਆ, ਔਰ ਇੱਥੇ ਉਸੇ ਤਰ੍ਹਾਂ ਪੱਕਾ ਮੋਰਚਾ ਜਾਰੀ ਰਹੇਗਾ। ਦਾਅਵਾ ਕੀਤਾ ਜਾਂਦਾ ਕਿ ਜਦੋਂ ਤੱਕ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੋ ਜਾਂਦੀ ਉਦੋਂ ਤੱਕ ਇਹ ਪ੍ਰਦਰਸ਼ਨ ਖਤਮ ਨਹੀਂ ਹੋਵੇਗਾ। ਇਹੀ ਸੁਨੇਹਾ ਇਹ ਇਕੱਠ ਦੇਣ ਦੀ ਕੋਸ਼ਿਸ਼ ਕਰਦਾ ਹੋਇਆ, ਇਹ ਹੱਥਾਂ ਦੇ ਵਿੱਚ ਕਾਲੇ ਝੰਡੇ, ਹੱਥਾਂ ਦੇ ਵਿੱਚ ਇਨਸਾਫ ਦੀ ਮੰਗ ਕਰਦੇ ਝੰਡੇ, ਖਾਲਸਾਈ ਨਿਸ਼ਾਨ ਹੱਥਾਂ ਦੇ ਵਿੱਚ, ਤਾਂ ਇਹ ਤਸਵੀਰਾਂ ਨੇ ਅੱਜ 26 ਜਨਵਰੀ ਦੇ ਦਿਨ ਮੋਹਾਲੀ ਦੇ ਵਿੱਚ ਕੌਮੀ ਇਨਸਾਫ ਮੋਰਚਾ ਦੇ ਵੱਲੋਂ ਕੱਢੇ ਗਏ ਰੋਸ ਮਾਰਚ ਦੀਆਂ। ਤਾਂ ਫਿਲਹਾਲ ਦਾਅਵਾ ਕੀਤਾ ਜਾਂਦਾ ਕਿ ਜਿੰਨੀ ਦੇਰ ਤੱਕ ਇਨਸਾਫ ਨਹੀਂ ਮਿਲਦਾ, ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘ ਰਿਹਾ ਨਹੀਂ ਕੀਤੇ ਜਾਂਦੇ, ਉਦੋਂ ਤੱਕ ਇਹ ਪ੍ਰਦਰਸ਼ਨ, ਇਹ ਪੱਕਾ ਮੋਰਚਾ ਇਸੇ ਤਰ੍ਹਾਂ ਜਾਰੀ ਰਹੇਗਾ। ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਨਪਿੰਦਰ ਸਿੰਘ ਬਰਾੜ, ਨਿਊਜ਼ 18 ਮੋਹਾਲੀ।